ਪੂਰਾ ਬਾਜ਼ਾਰ ਲੱਗਿਆ ਹੋਇਆ ਜਿਵੇਂ ਆਪਣੀ ਇੰਡੀਆ 'ਚ ਲੱਗੀ ਹੁੰਦੀਆਂ ਰੇਹੜੀਆਂ। ਹੁਣ ਘੁੰਮ ਘੁੰਮਾ ਕੇ ਆਪਾਂ ਯਾਰ ਪਹੁੰਚ ਗਏ ਹਾਂ ਦੇਸੀ ਸਾਬੇ। ਆਪਾਂ ਕੁਛ ਖਾਣਾ ਯਾਰ, ਹੁਣ ਭੁੱਖ ਲੱਗੀ ਹੈ ਬਹੁਤ। ਦੇਖਦੇ ਹਾਂ ਕੀ ਹਿਸਾਬ ਕਿਤਾਬ ਇੱਥੇ। ਰਾਤ ਵੀ ਮੈਂ ਇੱਥੋਂ ਹੀ ਖਾਧਾ ਸੀਗਾ ਅਤੇ ਹੁਣ ਵੀ ਇੱਥੋਂ ਹੀ ਖਾਵਾਂਗੇ। ਕਾਫੀ ਘੁੰਮਣ ਤੋਂ ਬਾਅਦ ਮਿਲ ਗਿਆ ਆਪਾਂ ਨੂੰ ਇੱਕ ਰੈਸਟੋਰੈਂਟ। ਇੱਥੇ ਔਡਰ ਆ ਸਾਰਾ ਰੈਸਟੋਰੈਂਟ ਆ, ਬੈਠੇ ਹੋਏ ਆ ਸਾਰੇ ਅੰਦਰ, ਥੋੜ੍ਹਾ ਠੀਕ ਆ। ਇੱਥੇ ਔਡਰ ਦਿੰਦੇ ਆਪਾਂ ਇਹਨਾਂ ਦਾ ਮੈਨਿਊ। ਮੈਂ ਬੀਫ ਨਹੀਂ ਖਾਣਾ ਅਤੇ ਚਿਕਨ ਖਾਣਾ, ਇਹਨਾਂ ਨੂੰ ਸਮਝ ਨਹੀਂ ਲੱਗ ਰਹੀ। ਅਤੇ ਇੰਗਲਿਸ਼ ਨੋ ਓਕੇ ਦਿਸ ਵਨ ਨੋ ਬੀਫ ਚਿਕਨ ਨੋ ਬੀਫ ਚਿਕਨ ਯਾ ਵਿਦ ਸ਼ੁਕਰ ਹੈ ਯਾਰ ਸਮਝ ਗਈ। ਓਕੇ ਵਨ ਇੱਥੇ ਸਾਰੇ ਰੈਡੀ ਕਰ ਰਹੇ ਆ ਔਡਰ। ਕਾਫੀ ਐਡਿਡ ਵਿਦ ਮਿਲਕ ਆਪਣਾ ਔਡਰ ਲਿਆਂਦਾ ਯਾਰ। ਯਾਰ ਆਹ ਸੀ ਇਹਦੇ ਵਿੱਚ ਚਿਕਨ ਅਤੇ ਬ੍ਰੈਡ ਜਾ, ਬ੍ਰੈਡ ਦੇ ਵਿੱਚ ਚਿਕਨ ਪਾ ਕੇ ਅਤੇ ਇੱਦਾਂ ਬਣਾਉਂਦੇ ਆ ਇਹ, ਸਵਾਦ ਹੈ। ਇਹ 17,000 ਦਾ ਪਿਆ। ਹਰ ਚੀਜ਼ ਇੱਥੇ ਹਜ਼ਾਰਾਂ ਲੱਖਾਂ 'ਚ ਹੀ ਹੋ ਰਹੀ ਆ। ਇੱਕ ਖਾ ਕੇ ਫਿਰ ਨਾਲ ਕੋਈ ਦੇਖਦੇ ਹਾਂ ਕੌਫੀ ਵਗੈਰਾ ਜਾਂ ਪਾਣੀ ਵਗੈਰਾ ਲੈਂਦੇ ਹਾਂ। ਇੱਥੇ ਯਾਰ ਥੋੜ੍ਹਾ ਅੰਦਰ ਸਹੀ ਲੱਗਦਾ, ਥੋੜ੍ਹਾ ਹੀਟਰ ਚੱਲਦੇ ਆ ਅਤੇ ਗਰਮ ਜਿਹਾ ਲੱਗ ਰਿਹਾ। ਬਾਹਰ ਬਹੁਤ ਜ਼ਿਆਦਾ ਠੰਡ ਹੈ, ਸਾਰੇ ਇੰਜੋਏ ਕਰ ਰਹੇ ਆ, ਖਾ ਰਹੇ ਆਪਾਂ ਆਪਣਾ ਖਾਣਾ, ਆਪਾਂ ਵੀ ਖਤਮ ਕਰ ਲਿਆ। ਹਾਂਜੀ ਆਪਾਂ ਹੌਟ ਡੋਗ ਜਿਹਾ ਖਤਮ ਕਰ ਲਿਆ ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ। ਆਹ ਪਾਰਕ 'ਚੋਂ ਨਿਕਲਦੇ ਹਾਂ, ਮੈਜਿਕ ਪਾਰਕ 'ਚੋਂ ਨਿਕਲ ਕੇ ਹੁਣ ਆਪਾਂ ਜਾਣਾ 400 ਬਾਜ਼ਾਰ। ਉਹ ਵੀ ਇੱਥੋਂ 5 ਮਿੰਟ ਦੀ ਵੋਕ ਆ। ਸਾਰੇ ਮੇਰੇ ਵੱਲ ਬੜੀ ਅਜੀਬ ਤਰ੍ਹਾਂ ਦੇਖ ਰਹੇ ਆ, ਜਿਵੇਂ ਪਹਿਲੀ ਵਾਰੀ ਦੇਖਿਆ ਹੁੰਦਾ। ਜਦੋਂ ਮੈਂ ਦੇਖਦਾ ਫਿਰ ਸਲਾਮ ਕਹਿ ਦਿੰਦੇ ਆ ਜਾਂ ਸਮਾਈਲ ਦੇ ਦਿੰਦੇ ਆ, ਕਈ ਫੋਟੋਆਂ ਖਿੱਚੀ ਜਾਂਦੇ ਬੈਠੇ ਸਾਡਾ ਸੁੱਡਾਂ 'ਤੇ। ਪਤਾ ਨਹੀਂ ਯਾਰ ਇਹਨਾਂ ਨੇ ਪੱਗ ਵਾਲਾ ਬੰਦਾ ਸ਼ਾਇਦ ਪਹਿਲੀ ਵਾਰੀ ਦੇਖਿਆ, ਖੁਸ਼ ਹੀ ਬੜੇ ਹੁੰਦੇ ਆ ਦੇਖ ਕੇ। ਚਲੋ ਹੁਣ ਆਪਾਂ ਚੱਲਦੇ ਹਾਂ ਅੱਗੇ। ਹੌਟ ਡੋਗ ਆਪਣਾ ਖਤਮ ਹੋ ਗਿਆ, ਥੋੜ੍ਹਾ ਪੇਟ ਸਹੀ ਹੋ ਗਿਆ। ਹੁਣ ਹੌਟ ਕੌਫੀ ਜਾਂ ਕੋਕ ਲੈਂਦੇ ਹਾਂ, ਉਹਦੇ ਨਾਲ ਥੋੜ੍ਹਾ ਸੈੱਟ ਹੋ ਜੂਗਾ ਕੰਮ। ਇੱਥੇ ਥੋੜ੍ਹਾ ਆਰਾਮ ਮਿਲਿਆ ਯਾਰ, ਬਾਹਰ ਤਾਂ ਸੱਚੀ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ। ਹੁਣ ਆਪਾਂ ਚੱਲਦੇ ਹਾਂ ਅੱਗੇ 400 ਬਾਜ਼ਾਰ, ਉੱਥੇ ਦੇਖਦੇ ਹਾਂ ਕਿੱਦਾਂ ਦਾ ਮਾਹੌਲ ਹੈ। ਮੈਂ ਕੁਛ ਦੇਖਿਆ ਨਹੀਂ, ਬਸ ਸਾਰਿਆਂ ਤੋਂ ਥੋੜ੍ਹਾ ਸੁਣ ਸੁਣ ਕੇ ਆਪਾਂ ਚੱਲੇ ਹਾਂ, ਕੋਈ ਨੌਲੇਜ ਨਹੀਂ ਉਹਦੇ ਬਾਰੇ ਕੀ ਗੱਲਬਾਤ ਆ, ਕੀ ਹਿਸਾਬ ਕਿਤਾਬ ਆ। ਸਭ ਬੈਠੇ ਹੋਏ ਆਪਣਾ ਆਪਣਾ ਇੰਜੋਏ ਕਰ ਰਹੇ ਆ। ਚੱਲੀਏ ਹੁਣ, ਇਹ ਕਾਲਜ ਸਟੂਡੈਂਟ ਲੱਗਦੇ ਆ। ਆਪਾਂ ਰੈਸਟੋਰੈਂਟ ਤੋਂ ਬਾਹਰ ਆ ਗਏ ਹਾਂ। ਰੈਸਟੋਰੈਂਟ ਜਿਹੜੇ ਥੱਲੇ ਬੈਠੇ ਸੀ ਉਹ ਵੀ ਬੜੇ ਅਜੀਬ ਤਰ੍ਹਾਂ ਦੇਖਦੇ ਸੀ, ਐਂ ਲੱਗਦਾ ਜਿਵੇਂ ਇਹਨਾਂ ਨੇ ਬੰਦਾ ਪਹਿਲੀ ਵਾਰੀ ਦੇਖਿਆ ਹੁੰਦਾ। ਹੁਣ ਆਪਾਂ 400 ਬਾਜ਼ਾਰ ਜਾਣਾ ਅਤੇ ਰਸਤਾ ਦੇਖਦੇ ਹਾਂ ਕਿੱਧਰ ਦੀ ਆ। ਜਿਹੜੀ ਐਂਟਰੈਂਸ ਤੋਂ ਆਪਾਂ ਐਂਟਰ ਕੀਤਾ ਸੀਗਾ ਉਹ ਲੱਭਦੇ ਹਾਂ ਪਹਿਲਾਂ ਕਿੱਥੇ ਆ। ਆ ਟੈਕਸਸ ਨੂੰ ਰੀਪ੍ਰਜੈਂਟ ਕੀਤਾ
ਰੈਸਟੋਰੈਂਟ ਲੱਗਦਾ ਕੁਛ ਪਰ ਬੰਦ ਆ। Say hi. My name is Okay, and say in Urdu. आपका नाम क्या है? मेरे नाम सयान। ओके, आप कौन सी क्लास में पढ़ते हैं? मैं क्लास 1 पर। एक फैमिली मिली है यार अपन अफगानिस्तान तो, ते ये तो 3 साल तो रह रहे हैं, इन्हें ना गल करके बहुत बढ़िया लग्या, ते मैं थानू दिखाना। इन्हां दे बच्चे आ, ते काश होता है कि मैम ने सर ने ਇਹਨਾਂ ਦੇ ਨਾਲ ਛੋਟੀ ਜਿਹੀ ਫੈਮਿਲੀ ਆ ਅਤੇ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਗੱਲ ਕਰਕੇ। ਬਹੁਤ ਅੱਛਾ ਲੱਗਾ ਆਪਸੇ ਮਿਲ ਕੇ, ਸੀਰੀਅਸਲੀ, ਕਿਉਂਕਿ ਬਹੁਤ ਦਿਨੋਂ ਸੇ ਇਧਰ ਇਨਕੀ ਸਮਝ ਨਹੀਂ ਲੱਗਤੀ, ਇੰਗਲਿਸ਼ ਕਮ ਬੋਲਤੇ ਹੈ ਔਰ ਅਭੀ ਜਬ ਆਏ ਥੇ ਯਹੀ ਪ੍ਰੋਬਲਮ ਥੀ ਲੇਕਿਨ ਅਭੀ ਸੀਖ ਗਏ ਇਨਕੀ ਲੈਂਗੁਏਜ ਕੀ ਸੀ। ਆਪਸੇ ਥੋੜਾ ਮਿਲ ਕੇ ਇਹ ਲੱਗਾ ਕਿ ਯਾਰ ਕੋਈ ਤਾਂ ਸਮਝਤਾ ਹੈ, ਕੋਈ ਤਾਂ ਬਤਾਏਗਾ। ਮੈਂ ਕਬ ਸੇ ਪੁੱਛਤੇ ਆ ਰਹਾ ਹੂੰ ਕਿ ਯਾਰ ਕੌਨ ਸੀ ਜਗ੍ਹਾ ਅੱਛੀ। No English. ਕੋਈ ਬਾਤ ਨਹੀਂ, ਆਪ ਪੁੱਛ ਸਕਦੇ ਕਭੀ ਵੀ। ਓਕੇ, ਥੈਂਕ ਯੂ। ਇੱਥੋਂ ਦਾ ਵਿਊ ਚੈੱਕ ਕਰੋ, ਰਸਤੇ 'ਚ ਨਾ ਘੁੰਮਦੇ ਘੁੰਮਦੇ ਇੱਕ ਹੋਰ ਪਾਰਕ ਜਿਹੀ ਮਿਲ ਗਈ ਸੀਗੀ ਜਿੱਥੇ ਆਪਾਂ ਨੂੰ ਅਫਗਾਨਿਸਤਾਨ ਫੈਮਿਲੀ ਮਿਲੀ ਸੀਗੀ। ਉਹਨਾਂ ਤੋਂ ਮੈਂ ਪੁੱਛਿਆ ਯਾਰ, ਉਹ ਸਿਰਫ ਉਹੀ ਥੋੜ੍ਹਾ ਉਰਦੂ ਹਿੰਦੀ ਬੋਲਦੇ ਸੀਗੇ। ਉਹਨਾਂ ਨੇ ਮੈਨੂੰ ਦੱਸਿਆ ਵੀ ਇੱਕ ਤਾਂ ਇੱਥੇ ਨਵੀਂ ਜਿਹੜੀ ਤਾਸ਼ਕੰਦ ਸਿਟੀ ਬਣਾ ਰਹੇ ਆ, ਆਹ ਬਿਲਡਿੰਗ ਜਿਹੜੀਆਂ ਦਿਖ ਰਹੀਆਂ ਇਹਦੇ ਦੂਸਰੀ ਸਾਈਡ, ਉਹ ਘੁੰਮਣ ਵਾਸਤੇ ਵਧੀਆ। ਅਤੇ ਇੱਕ ਇੱਧਰ ਦਰਵਾਜ਼ਾ ਹੈਗਾ ਕੋਈ ਪੁਰਾਣਾ ਦਰਵਾਜ਼ਾ, ਪਤਾ ਨਹੀਂ ਨਾਮ ਕੀ ਲਿਆ ਸੀ, ਹੁਣ ਮੈਂ ਨਾਮ ਭੁੱਲ ਗਿਆ ਉਹਦਾ, ਅਤੇ ਦੇਖਦੇ ਹਾਂ। ਹੁਣ ਆਪਾਂ ਚੱਲੇ ਤਾਸ਼ਕੰਦ ਸਿਟੀ, ਆਹ ਸਾਹਮਣੇ ਜਿਹੜੀਆਂ ਬਿਲਡਿੰਗ ਦਿਖ ਰਹੀਆਂ ਤਾਸ਼ਕੰਦ ਸਿਟੀ ਦੀਆਂ ਹੀ ਆ, ਇਹ ਨਵੀਂ ਬਣੀ ਆ, ਕਹਿੰਦੇ ਆ ਵੀ ਘੁੰਮਣ ਵਾਲੀ ਆ, ਅਤੇ ਆਪਾਂ ਚੱਲਦੇ ਹਾਂ ਇੱਧਰ। ਠੰਡ ਨਾ ਯਾਰ ਬੁਰਾ ਹਾਲ ਹੋ ਗਿਆ, ਬਹੁਤ ਜ਼ਿਆਦਾ ਠੰਡ ਆ। ਐਕਸਕਿਊਜ਼ ਮੀ, ਆਈ ਵਾਂਟ ਟੂ ਗੋ ਤਾਸ਼ਕੰਦ ਸਿਟੀ। ਓਕੇ, ਥੈਂਕ ਯੂ। ਥੋੜ੍ਹਾ ਜਿਹਾ ਗਲਤ ਆ ਗਿਆ ਯਾਰ, ਹੁਣ ਆਪਾਂ ਪੁੱਛਿਆ ਅਤੇ ਰਸਤਾ ਇੱਧਰ ਆ ਕਹਿੰਦੇ, ਇੱਧਰ ਨਹੀਂ ਹੈਗਾ। ਘੁੰਮਦੇ ਘੁੰਮਦੇ ਆਪਾਂ ਤਾਸ਼ਕੰਦ ਸਿਟੀ ਆ ਗਏ ਜਿਹੜਾ ਉਹਨਾਂ ਨੇ ਦੱਸਿਆ ਸੀਗਾ, ਅਤੇ ਸੋਹਣੀ ਬਣੀ ਹੋਈ ਹੈ ਵੀ। ਜਿੱਥੇ ਪਾਰਕ ਜੀ ਸੀ ਉਹ ਤੋਂ 5 ਮਿੰਟ ਦਾ ਰਾਹ ਸੀ ਹੋਰ ਅੱਗੇ, ਦੇਖਦੇ ਅੰਦਰ ਜਾ ਕੇ। ਬਿਲਡਿੰਗ ਬਣ ਰਹੀ ਆ ਪੂਰੀ ਕੱਚ ਦੀ, ਹੌਲੀ ਹੌਲੀ ਮਸ਼ੀਨ ਨੂੰ ਤਾਂ ਲੈ ਕੇ ਜਾ ਰਹੀ ਹੈ, ਪਾਰਟ ਜੇ ਨੂੰ ਵਿੰਡੋ ਜੀ ਆ ਕੱਚ ਦੀ। ਕਿਆ ਬਾਤ ਹੈ ਯਾਰ, ਸੱਚੀ ਸਿਰਾਈ ਕਰਾਇਆ ਪਿਆ ਇਹਨਾਂ ਨੇ ਇੱਥੇ, ਪਰ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਤਾਂ ਸੱਚੀ ਉਜਾੜ ਜਿਹਾ ਹੀ ਆ। ਇਹ ਚਾਈਨਾ ਦੀਆਂ ਕੰਪਨੀਆਂ ਲੱਗਦਾ ਇੱਥੇ ਬਣਾ ਰਹੀਆਂ ਇਹ ਸਾਰਾ ਕੁਛ, ਟੁੱਟੀਆਂ ਅੱਖਾਂ ਵਾਲੇ ਦੇਖ ਲਓ ਕਿੱਥੇ ਕਿੱਥੇ ਪਹੁੰਚ ਗਏ ਆ। ਇੱਥੇ ਵੀ ਇਹਨਾਂ ਦੀ ਕੰਪਨੀ ਬਣਾ ਰਹੀ ਹੈ, ਸ਼ੰਘਾਈ ਸ਼ੰਘੂਈ ਪਤਾ ਨਹੀਂ ਕਿਹੜਾ ਗਰੁੱਪ ਆ,
ਸਾਹਮਣੇ ਆ ਗਿਆ ਤਾਸਕੈਂਟ ਸਿਟੀ ਪਾਰਕ, ਕਹਿੰਦੇ ਆ ਵਧੀਆ ਬਣੀ ਹੋਈ ਆ, ਸੋਹਣੀ ਸਿਟੀ ਹੈ ਤਾਸਕੈਂਟ ਸਿਟੀ। ਕੋਈ ਹੋਟਲ ਲੱਗਦਾ ਯਾਰ, ਇੱਥੇ ਇੰਡੀਅਨ ਝੰਡਾ ਵੀ ਲੱਗਾ ਹੋਇਆ। ਮੈਨੂੰ ਤਾਂ ਲੱਗਿਆ ਸੀ ਇਕੱਲਾ ਅਮੈਰੀਕਾ ਇੰਗਲੈਂਡ ਦਾ ਹੀ ਆ, ਪਰ ਇੰਡੀਅਨ ਵੀ ਲੱਗਿਆ ਹੋਇਆ ਇੱਥੇ, ਅਜ਼ਰਬਾਈਜਾਨ ਦਾ ਅਤੇ ਚਾਈਨਾ ਦਾ, ਇੰਡੀਆ ਉਹ ਹਰਾ ਜਿਹਾ ਪਤਾ ਨਹੀਂ ਯਾਰ ਕੀ ਦਾ, ਪਰੇ ਅਫਗਾਨਿਸਤਾਨ ਦਾ ਲੱਗਦਾ ਉਹ। ਆ ਪੂਰੀ ਫੈਮਲੀ ਆਈ ਲੱਗਦੀ ਆ ਫੋਟੋ ਖਿਚਾਉਣ। ਮੇਰਾ ਯਾਰ ਘੁੰਮਦੇ ਘੁੰਮਦੇ ਨਾ ਫੋਨ ਬੰਦ ਹੋ ਗਿਆ ਸੀਗਾ, ਅਤੇ ਫਿਰ ਮੈਂ ਇੱਥੇ ਆਇਆ ਮੌਲ ਵਿੱਚ, ਅਤੇ ਮੇਰਾ ਬ੍ਰਦਰ ਨੇ, ਭਰਾ ਆਪਣੇ ਨੇ ਹੈਲਪ ਕੀਤੀ ਚਾਰਜਰ ਕੀਤਾ। ਮੇਰੇ ਕੋਲ ਚਾਰਜਰ ਵੀ ਨਹੀਂ ਸੀਗਾ ਆਈਫੋਨ ਦਾ, ਅਤੇ ਬੰਦ ਹੋ ਗਿਆ ਸੀਗਾ, ਇਹਨਾਂ ਨੇ ਚਾਰਜ ਕੀਤਾ। ਭਰਾ ਆਇਆ, ਸ਼ੌਪ ਇਹਦੀ ਮੋਬਾਈਲ ਕਬਰ ਕੁਬਰ ਵੇਚਦਾ। ਥੈਂਕਸ ਬ੍ਰੋ। ਵਾਧੂ ਕਰੰਸੀ ਪਈ ਆ ਮੁੰਡੇ ਕੋਲ, ਜੇ ਕਿਸੇ ਨੂੰ ਚਾਹੀਦੇ US ਡਾਲਰ ਤਾਂ ਦੱਸ ਦਿਓ, ਮੈਂ ਲਿਆਊਂਗਾ। ਯਾਰ ਇਹ ਸਮਰਕੰਦ ਦਰਵਾਜ਼ਾ ਨਾ ਇਹਨੂੰ ਕਹਿੰਦੇ ਸੀਗੇ, ਮੈਨੂੰ ਲੱਗਿਆ ਕੋਈ ਗੇਟ ਹੋਊਗਾ, ਪਰ ਇਹ ਤਾਂ ਯਾਰ ਸ਼ੋਪਿੰਗ ਮਾਲ ਆ ਇੱਕ। ਮੈਂ ਉਦੋਂ ਦਾ ਇਹੀ ਸੋਚ ਰਿਹਾ ਸੀ ਯਾਰ ਕੋਈ ਸਮਰਕੰਦ ਦਰਵਾਜ਼ਾ ਕੋਈ ਗੇਟ ਹੋਊਗਾ, ਇਹ ਸਮਰਕੰਦ ਦਰਵਾਜ਼ਾ ਦਰਵਾਜ਼ਾ ਬੋਲੀ ਜਾਂਦੇ ਸੀਗੇ, ਪਰ ਇਹ ਸ਼ੋਪਿੰਗ ਮਾਲ ਆ, ਇਹਨਾਂ ਦੇ ਬ੍ਰਾਂਡ ਬਰੂੰਡ ਆ ਕਾਫੀ ਇੱਥੇ। ਹੁਣ ਆਪਾਂ ਚੌਰਸੂ ਬਾਜ਼ਾਰ ਹੀ ਦੇਖਦੇ ਹਾਂ, ਇੱਥੇ ਤਾਂ ਆਪਾਂ ਕੀ ਕਰਨ ਜਾਣਾ। ਘੁੰਮਦੇ ਘੁੰਮਦੇ ਸ਼ਾਮ ਪੈ ਗਈ ਯਾਰ, 6 ਵੱਜਣ ਵਾਲੇ ਆ, ਮੈਂ 12 ਵਜੇ ਤਾਂ ਨਿਕਲਿਆ ਰੂਮ 'ਚੋਂ। ਹਾਂਜੀ, ਚੌਰਸੂ ਸ਼ੁਰੂ ਹੋ ਗਿਆ, ਮੈਂ ਦੁਪਹਿਰ ਦਾ ਨਿਕਲਿਆ ਹੋਇਆ ਅਤੇ 5:30 ਵੱਜ ਗਿਆ। ਪਹਿਲਾਂ ਮੈਂ 6 ਕਹਿੰਦਾ ਸੀ, ਪਰ 5:30 ਹੋਇਆ, 5:30 ਦੇਖ ਲਓ ਵੀ ਸੂਰਜ ਛਿਪ ਗਿਆ ਅਤੇ ਹਨੇਰਾ ਹੋ ਗਿਆ। ਚੌਰਸੂ ਪਹੁੰਚ ਗਿਆ ਅਤੇ ਬਾਜ਼ਾਰ ਲੱਗਿਆ ਹੋਇਆ ਇੱਥੇ, ਇਹਨਾਂ ਦਾ ਟ੍ਰੈਡੀਸ਼ਨਲ ਜਿਹੜਾ ਲੋਕਲ ਬਾਜ਼ਾਰ, ਇਹਨੂੰ ਵਿਜ਼ਿਟ ਕਰਦੇ ਹਾਂ, ਆਪਾਂ ਇਹਨੂੰ ਦੇਖਦੇ ਹਾਂ। ਆਹ ਪੂਰਾ ਬਾਜ਼ਾਰ ਲੱਗਿਆ ਹੋਇਆ ਜਿਵੇਂ ਆਪਣੀ ਇੰਡੀਆ 'ਚ ਲੱਗੀ ਹੁੰਦੀਆਂ ਰੇਹੜੀਆਂ। ਇੱਥੋਂ ਦੇ ਲੋਕਲ ਫੂਡ ਅਤੇ ਲੋਕਲ ਚੀਜ਼ਾਂ ਦਾ ਬਾਜ਼ਾਰ ਲੱਗਿਆ ਹੋਇਆ। ਸਬਜ਼ੀ ਹੈ ਅਤੇ ਫਰੂਟ। ਆਈ ਐਮ ਨੋਟ ਰਾਜੂ, ਨੋ ਰਾਜੂ ਬ੍ਰੋ, ਨੋ ਰਾਜੂ, ਨੋ ਆਈ ਐਮ ਨੋਟ ਰਾਜੂ, ਨੋ ਰਾਜੂ, ਥੈਂਕ ਯੂ, ਅਰਬੂਸ, ਥੈਂਕ ਯੂ, ਥੈਂਕ ਯੂ। ਯਾਰ ਇਹਨਾਂ ਦੀ ਕੋਈ ਮਸਜਿਦ ਆ, ਇੱਥੇ ਦਿਨੇ ਆਉਣਾ ਸੀਗਾ ਪਰ ਹਨੇਰਾ ਹੋ ਗਿਆ ਆਪਾਂ ਨੂੰ। ਘੈਂਟ ਬਣੀ ਹੋਈ ਆ ਪੂਰੀ ਇੱਥੇ। ਯਾਰ ਦਿਨੇ ਆਉਣਾ ਚਾਹੀਦਾ ਸੀਗਾ, ਥੋੜ੍ਹਾ ਲੇਟ ਹੋ ਗਿਆ ਅਤੇ ਮੇਰਾ ਰਾਸਤੇ ਦੇ ਵਿੱਚ ਫੋਨ ਬੰਦ ਹੋ ਗਿਆ ਸੀਗਾ, ਉਹਦੇ ਕਰਕੇ ਥੋੜ੍ਹਾ ਮੈਨੂੰ ਚਾਰਜ ਕਰਨਾ ਪੈ ਗਿਆ, ਬੈਠਣਾ ਪੈ ਗਿਆ, ਅਤੇ ਨਹੀਂ ਤਾਂ ਆਪਾਂ ਟਾਈਮ ਨਾਲ ਪਹੁੰਚ ਜਾਣਾ ਸੀਗਾ। ਚਲੋ ਹੁਣ ਵੀ ਆਪਾਂ ਇਹਨੂੰ ਦੇਖਦੇ ਹਾਂ, ਐਕਸਪਲੋਰ ਕਰਦੇ ਹਾਂ। ਮਸਜਿਦ ਇਹਨਾਂ ਦੀ ਇਹ, ਅਤੇ ਦੇਖਦੇ ਹਾਂ ਕੀ ਗੱਲਬਾਤ ਹੈ। ਸਾਹਮਣੇ ਚੱਲ ਕੇ ਦੇਖਦੇ ਹਾਂ ਇਹਦੇ
ਐਂਟਰ ਕਰਕੇ ਅੰਦਰ ਕੀ ਆ, ਪੁਰਾਣੇ ਤਰੀਕੇ ਨਾਲ ਬਣੀ ਹੋਈ ਆ ਇਹ ਸਾਰੀ। ਪੁੱਛਦੇ ਆ ਅੰਦਰ ਜਾ ਸਕਦੇ ਆ ਕਿ ਨਹੀਂ। ਚਲੋ